ਤੈਨੂੰ ਕਿੱਥੇ ਚਾੜਤਾ ਆ? ਹੈਂ ਥੱਲੇ ਨਹੀਂ ਲਾਂਦੇ ਤੈਨੂੰ? ਹੈਂ ਥੱਲੇ ਨਹੀਂ ਲਾਂਦੇ? ਫਿਰ ਤੂੰ ਆ ਖਾਣੀ ਹੈ ਸਾਗ। ਸਿਖਾ ਸਿਖੂ ਦਿਆ ਕਰੋ ਕੁੜੀਆਂ ਨੂੰ ਕੰਮ, ਬਈ ਜਿਹਨਾਂ ਨੂੰ ਸਾਨੂੰ ਨਹੀਂ ਕੰਮ ਆਉਂਦਾ ਸਿਖਾ ਦਿਆ ਕਰੋ। ਕਿ ਤੇਰੀ ਮਾਂ ਨੇ ਕੀ ਸਿਖਾਇਆ ਤੈਨੂੰ? ਇਹਨੂੰ ਦੇਖ ਕੁਛ ਨਹੀਂ ਰਿਹਾ, ਮੈਂ ਤੁੱਕਾ ਟੋਕਾ ਨਹੀਂ ਵਰਤਣਾ। ਬਾਹਰ ਰਹਿਣ ਦੋ, ਬਾਕੀ ਪਹਿਲਾਂ ਮੈਨੂੰ ਇੱਕ ਇੱਕ ਕਰ ਲੈਣ ਦੋ, ਤੇ ਇਹਦੇ ਛਿੱਲੜ ਥੱਲੇ ਸੁੱਟ ਜਾਵੇ। ਪੱਕਾ ਮੈਂ ਲਵਾ ਜੇ ਪਾ ਦਾਂ ਬਾਅਦ ਚ ਫਾਸ ਪਾ ਦੂੰਗੀ ਨਾ। ਮਸ਼ੀਨ ਰੱਖ ਲਈ? ਕੱਲਾ ਹੈ? ਕੱਲਾ ਕੱਲਾ ਕਰਨਾ ਜੀ? ਦੇਖ ਰਹੇ ਹੋ ਇਸ ਨੂੰ ਫੀੜਾ ਜਾਂ ਪੱਤਾ ਨਾ, ਮੈਂ ਸਾਰਾ ਇਕੱਠਾ ਕਰ ਦਾਂ। ਇਹ ਤਾਂ ਮੈਨੂੰ ਅਜੀਬ ਜਿਹਾ ਲੱਗਦਾ ਯਾਰ, ਇਹ ਕੀ ਤਰੀਕਾ ਹੈ? ਨਹੀਂ ਨਹੀਂ ਮੈਨੂੰ ਪਤਾ ਲੱਗ ਰਿਹਾ ਕਿਵੇਂ ਚੀੜ ਮੈਂ ਬਾਥੂ ਆਉਂਦੇ, ਬਸ ਆਪਣੇ ਨਹੀਂ ਪੈਂਦਾ ਉੱਧਰ ਪੈਂਦਾ ਆ। ਮੰਮੀ ਨੂੰ ਕਿਹਾ ਸੀਗਾ ਪਰਿਆਲੇ ਕਰ ਨੂੰ, ਪਤਾ ਨਹੀਂ ਮੈਂ ਤਾਂ ਦੇਖਿਆ ਨਹੀਂ ਅੱਜ ਤੱਕ ਬਚਪਨ ਤੋਂ ਖਾਂਦਾ ਆ ਰਿਹਾ ਸਾਲ। ਮੈਂ ਵੀ 4 ਸਾਲਾਂ ਚ ਨਹੀਂ ਦੇਖਿਆ ਬਿਨਾ ਬਾਥੂ ਦਾ ਸਾਫ ਖਾ ਖਾ ਵੱਡੇ ਹੋਏ, ਪਰ ਬਿਨਾ ਬਾਥੂ ਤੋਂ ਸਾਫ ਖਾਣਾ ਜ਼ਹਿਰ ਦੀ ਆ। ਕਰਤਾ ਬਾਥੂ ਸਾਫ? ਇਦਾਂ ਤਾਂ ਮੈਂ ਵੀ ਕਰਨ ਲੱਗਾ ਸੀਗਾ, ਪਰ ਇਹੀ ਕੁਛ ਹੀ ਤਾਂ ਕਹਿ ਰਹੀ ਸੀਗਾ ਤੁਹਾਨੂੰ। ਚਲ ਬਾਥੂ ਪਾਲਕ ਸਾਗ ਸ਼ੈਫ। ਤੈਨੂੰ ਕਿੱਥੇ ਚਾੜਤਾ ਆ? ਹੈਂ ਥੱਲੇ ਨਹੀਂ ਲਾਂਦੇ ਤੈਨੂੰ? ਹੈਂ ਥੱਲੇ ਨਹੀਂ ਲਾਂਦੇ? ਫਿਰ ਤੂੰ ਆ ਖਾਣੀ ਹੈ ਸਾਗ, ਖਾ ਕੇ ਫਿਰ ਉਲਟੀਆਂ ਮਾਰਦੀ ਹੈ, ਫਾਇਦਾ ਕੋਈ? ਹੈਨਾ ਟੋਕਾ ਨਹੀਂ ਵਰਤਣਾ ਯਾਰ, ਉਹ ਲਿਆਉਣਾ ਪੈਣਾ ਸੀਗਾ ਪਹਿਲਾਂ ਆਂਟੀ ਦੇ ਉਹਦੇ ਨਾਲ ਚੰਗਾ ਹੋਣਾ ਨਹੀਂ ਚੱਲ ਟਾਈਮ ਪਾਸ। ਚਾਕੂ ਨਾਲ ਹੀ ਹੋਰ ਤੂੰ ਕਿਉਂ ਚਾਕੂ ਨਾਲ ਕੀ ਭੁੱਲੀ ਜਾਣਾ ਸਾਰਾ? ਕੱਟਿਆ ਤਾਂ ਵਧੀਆ ਜਾ ਰਿਹਾ ਵੈਸੇ ਤਾਂ। Thank you.
ਪਿਆਜ ਘੱਟ ਨਹੀਂ ਚਾਰ ਇਹ ਤੜਕੇ ਲਈ ਨਾ ਤਿਆਰ ਹੋ ਰਿਹਾ ਇਹ ਮੈਂ ਇਦਾਂ ਹੀ ਵਿੱਚ ਛੋਟੇ ਛੋਟੇ ਟੁਕੜੇ ਕਰਕੇ ਨਾ ਇਹਨੂੰ ਪਚਰ ਕੇ ਅੱਛਾ ਉਦਾਂ ਹੀ ਤੜਕੇ ਵਾਸਤੇ ਆਪਾਂ ਬਾਅਦ ਚੋਂ ਅਲੱਗ ਤੋਂ ਕਰਾਂਗੇ ਨਾ ਮਾਰਿਓ ਲਾਈਟ ਮਾੜੀ ਜੀ ਇਹਨੂੰ ਦੇਖ ਕੁਛ ਨੀ ਰਿਹਾ ਮੈਂ ਤੁੱਕਾ ਐਡਾ ਵੱਡਾ ਤੋੜਾ ਰੱਖ ਲਿਆ ਇਹਦੇ ਵਿੱਚ ਸਾਗ ਇੰਨਾ ਗੂਆ ਮੈਂ ਤਾਂ ਕਹਿੰਦੀ ਟ੍ਰਾਂਸਫਰ ਕਰ ਲਈ ਉਹ ਜੀ ਛੋਟੇ ਜਿਹੇ ਜੀ ਹਨਾ ਦੁਪਹਿਰ ਤੋਂ ਲੈ ਕੇ ਰਾਤ ਹੋ ਗਈ ਆ ਤੇ ਕਿੰਨਾ ਟਾਈਮ ਲੱਗਣਾ ਇਹਨੂੰ ਸਾਗ ਨੂੰ ਗਿੱਲਾ ਪੀਣ ਪਾਲਿਆ ਇਹ ਤੇ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਸਲੋ ਬਣਦੀ ਆ ਨਾ ਚੁੱਲ੍ਹੇ ਦਾ ਟਾਈਮ ਲੱਗਦਾ ਵੈਸੇ ਤਾਂ ਉਨੀ ਟੇਸਟੀ ਬਣਦੀ ਆ ਠੀਕ ਹੈ ਨਾ ਆ ਕੀ ਆਲਣ ਹਾਂਜੀ ਰਹਿ ਥੋੜਾ ਜਿਹਾ ਗਿਆ ਏ ਉਹੀ ਤਾਂ ਮੈਨੂੰ ਲੱਗਾ ਵੀ ਜ਼ਿਆਦਾ ਆ ਮੈਂ ਐਡਾ ਵੱਡਾ ਤੋੜਾ ਲਾਇਆ ਉਹ ਵਿੱਚੋਂ ਨਿਕਲਿਆ ਪਰ ਨਹੀਂ ਐਕਚੁਅਲੀ ਇਹ ਬਹੁਤ ਨੀਵਾ ਆ ਨਾ ਇੱਥੇ ਤੱਕ ਇੱਕ ਤਾਂ ਮੈਂ ਸਾਰਾ ਉਹ ਹੋ ਜਾਣਾ ਆ ਪਤੀਲੇ ਲਾ ਯਾਰ ਇਹ ਤਾਂ ਹਿੱਲੀ ਜਾਂਦਾ ਮੰਮੀ ਪਤੀਲਾ ਕੀ ਕਰੂੰ ਆਪ ਐ ਨਹੀਂ ਹੋਣਾ ਇਹਨੂੰ ਫੜ ਕੇ ਫੜਨਾ ਪੈਣਾ ਫੜੋ ਇਹਨੂੰ ਫਿਰ ਮਾੜਾ ਜਿਹਾ ਮੈਂ ਜੋੜ ਲਵਾਂ ਹਾਏ ਹੋਏ ਹੋ ਗਿਆ ਨਾ ਅਜੇ ਤਾਂ ਹੋਰ ਘੁੱਟ ਜਾਣਾ ਬਹੁਤ ਸੰਸ ਕੀ ਮੇਰੀ ਮਦਰ ਇਨ ਲੋ ਨੇ ਉਹਨਾਂ ਨੇ ਬਣਾਉਣਾ ਮੈਨੂੰ ਸਾਗ ਸਿਖਾਇਆ ਮਤਲਬ ਕਿ ਉਹ ਜਦੋਂ ਬਣਾਉਂਦੇ ਹੁੰਦੇ ਆ ਨਾ ਤਾਂ ਮੈਂ ਲਾਗੇ ਬੈਠੀ ਬੈਠੀ ਦੇਖਦੀ ਰਹਿੰਦੀ ਹਾਂ ਵੀ ਕੀ ਕਰਦੇ ਨੇ ਕੀ ਨਹੀਂ ਕਰਦੇ ਤਾਂ ਆਪਕੀ ਸਾਸ ਨੇ ਆਪਕੀ ਸੱਸ ਨੇ ਸਿਖਾਇਆ ਥਾ ਹਾਂਜੀ ਠੀਕ ਹੈ ਜੀ ਸਿਖਾ ਸਿਖੂ ਦਿਆ ਕਰੋ ਕੁੜੀਆਂ ਨੂੰ ਕੰਮ ਬਈ ਜਿਹਨਾਂ ਨੂੰ ਸਾਨੂੰ ਨਹੀਂ ਕੰਮ ਆਉਂਦਾ ਸਿਖਾ ਦਿਆ ਕਰੋ ਇਹ ਕਹਿਣ ਦੀ ਬਜਾਏ ਕਿ ਤੂੰ ਸਿੱਖ ਕੇ ਕੀ ਆਈ ਉਹਦੀ ਜਗ੍ਹਾ ਤੁਸੀਂ ਆਪ ਵੀ ਇਹ ਕਹਿਣ ਦੀ ਬਜਾਏ ਕਿ ਤੇਰੀ ਮਾਂ ਨੇ ਕੀ ਸਿਖਾਇਆ ਤੈਨੂੰ ਉਹਦੀ ਜਗ੍ਹਾ ਤੁਸੀਂ ਆਪ ਵੀ ਸਿਖਾ ਸਕਦੇ ਹੋ ਗੱਲ ਤਾਂ ਸਹੀ ਹੈ ਕੁੜੀਏ ਤੇਰੀ ਚੰਗੀ ਤਰ੍ਹਾਂ ਘੋਟ ਇਹਨੂੰ ਐਵੇਂ ਯਾਰ ਮੈਨੂੰ ਤਾਂ ਬਿਲਕੁਲ ਠੀਕ ਲੱਗ ਰਿਹਾ ਸਾਗ ਹਜੇ ਵੀ ਠੀਕ ਆ ਪਾਣੀ ਪਏਗਾ ਹੋਰ ਚਲੋ ਪਾਣੀ ਤਾਂ ਹਲੇ ਬਹੁਤ ਪੈਣਾ ਪਾਣੀ ਪਾ ਪਾਣੀ ਪਾ ਕੇ ਦੇ ਘੁੱਟ ਛਿੱਟਾ ਨਾ ਪਾ ਲਿਓ ਪਰ ਇਹ ਜੋਰ ਸਾਰਾ ਹੀ ਪੈ ਜਾਣਾ ਸਾਰਾ ਹੀ ਹੋਰ ਰੱਖਣਾ ਪੈਣਾ ਠੀਕ ਤਾਂ ਇਹ ਨਾ ਮੇਰੇ ਤਾਂ ਮਲਾਈ ਬਣਦਾ ਹੁੰਦਾ ਤਾਂ ਸਾਗ ਦੇਖਿਆ ਪੂਰਾ ਮਲਾਈ ਬਣਾ ਹੁਣ ਤਾਂ ਠੀਕ ਹੈ ਹੁਣ ਚੱਕੇ ਮੜੀ ਜੀ ਕਿਹੋ ਹਾਂ ਥੋੜਾ ਹੋਰ ਹੋਣਾ ਹੋਏ ਪਾਣੀ ਤਾਂ ਪਏਗਾ ਹਜੇ ਰੁਕ ਜਾ
ਵੀ ਸਾਰਾ ਕੰਮ ਸਾਰਾ ਸਾਗ ਮੇਰੇ ਘਰ ਵਾਲੇ ਨੇ ਬਣਾਇਆ ਆ। ਦੱਸੋ ਜਰਾ ਹੈ ਹੁਣ ਘੋਟਣਾ ਫੜ ਕੇ ਬਹਿ ਗਏ ਬਣ ਕੇ ਡੀਸੀ ਬਣ ਕੇ ਕਰਤੀ ਤਾਰੀਫ ਮੈਂ ਬਹੁਤ ਕੰਮ ਕਰਾਇਆ ਮੇਰੇ ਘਰ ਵਾਲੇ ਨੇ ਮੇਰਾ ਬਹੁਤ ਜ਼ਿਆਦਾ ਸਾਰਾ ਇਹਨਾਂ ਨੇ ਹੀ ਬਣਾਇਆ ਮੈਂ ਬਸ ਚੁੱਲ੍ਹੇ ਮੂਹਰੇ ਬੈਠੀ ਸੀਗੀ ਬਾਕੀ ਸਾਰਾ ਕੰਮ ਇਹਨਾਂ ਨੇ ਕੀਤਾ। ਹੋਰ ਦੋ ਸ਼ਬਦ ਬੋਲਾਂ ਤੇ ਸਰ ਜੂਗਾ ਇਹਨਾਂ ਕੋਟਾ ਲਾਉਣ ਤੋਂ ਬਾਅਦ ਹੁਣ ਆਪਾਂ ਚਾੜਤਾ ਫਿਰ ਚੁੱਲ੍ਹੇ ਤੇ ਕੋਟਾ ਹੀ ਲੱਗਾ ਏ ਹੁਣ ਕਿੰਨਾ ਟਾਈਮ ਇਹਦਾ ਰਿੱਝਣਾ ਹੋਰ ਇਹ ਮੇਰੇ ਘਰ ਨਾਲ 15-20 ਮਿੰਟ ਉਸ ਤੋਂ ਬਾਅਦ ਫਿਰ ਤਿਆਰ ਨਾ ਕਦੋਂ ਖਾਣ ਨੂੰ ਮਿਲਣਗੀਆਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਭਾਂਬੜ ਹੁਣ ਪੂਰਾ ਮੱਚ ਚੁੱਕਿਆ ਹੁਣ ਸਾਗ ਮਿਲੂਗਾ ਮਲਾਈ ਵਰਗਾ ਕੀ ਕਹਿੰਦਾ ਲੱਗ ਗਏ 6 ਘੰਟੇ ਤਾਂ ਲੱਗ ਗਏ ਕਿ 5.5 4.5 ਦਾ ਰੱਖਿਆ 4.5 ਦਾ ਰੱਖਿਆ 9 ਵਜੇ ਚੱਲੇ ਕਿਉਂਕਿ ਤੁੜਕੇ ਦਾ ਇਹਦੇ ਚੁੱਲ੍ਹੇ ਦੇ ਤੇ ਹਿਸਾਬ ਮਾੜਾ ਜਿਹਾ ਹੀ ਹੈ ਨਾ ਸਾਗ ਹੋ ਗਿਆ ਆਪਣਾ ਰੈਡੀ ਹੁਣ ਜਿੰਨੀ ਵੀ ਲੋੜ ਆ ਉਹਨਾਂ ਕੋ ਆਪਾਂ ਸਾਗ ਦਾ ਤੜਕਾ ਲਾ ਲੈਣਾ ਤੇ ਖਾਣੀਆਂ ਮੱਕੀ ਦੀਆਂ ਰੋਟੀਆਂ ਕੀ ਕਹਿੰਦਾ ਇੰਨੀ ਵੇਟ ਤੋਂ ਬਾਅਦ ਪਤਾ ਮੈਂ ਉਹਨੇ ਇੱਕ ਤਾਂ ਨਾ ਬੰਦਾ ਇੱਥੇ ਹਾਏ 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 ਮੰਮੀ ਨੇ ਜ਼ਿਆਦਾ ਤੇਜ਼ ਕਰਤੀ ਉਹ ਕਲੇਮ ਉਹਦੀ ਨਾ ਇੱਕ ਅੱਧੀ ਬਾਹਰ ਕੱਢੋ ਯਾਰ ਇੱਕ ਅੱਧੀ ਇਹਨੂੰ ਬਾਹਰ ਕੱਢੋ ਮੇਰਾ ਹੱਥ ਸੜ ਜਾਣਾ ਹੈ ਬਾਹਰ ਕੱਢ ਲਓ ਇਹਨੂੰ ਬਹੁਤ ਤੇਜ਼ ਆ ਹਾਂ ਜਾਂ ਉੱਧਰ ਨੂੰ ਰੱਖ ਦਿਓ ਲੂਣ ਪਹਿਲਾਂ ਹੀ ਵਾਧੂ ਪਾਇਆ ਇਹਦੇ ਚ ਨਹੀਂ ਮੈਂ ਹੁਣ ਤਾਂ ਟੇਸਟ ਕਰ ਤੜਕੇ ਚ ਘੱਟ ਪੈਣਾ ਹੈ ਟੇਸਟ ਕਰਕੇ ਪਾ ਲੀਆਂ ਜੀ ਐਸੇ ਨਹੀਂ ਬਹੁਤਾ ਇੰਨਾ ਕੁ ਹੁਣ ਜੋਗਾ ਤੇ ਸਵੇਰ ਜੋਗਾ ਜਿਨ੍ਹਾਂ ਨੂੰ ਨਹੀਂ ਆਉਂਦੀ ਮੱਕੀ ਦੀ ਰੋਟੀ ਬਣਾਉਣੀ ਉਹ ਮੇਰੇ ਵਾਂਗੂ ਜੁਗਾੜ ਲਾ ਲਾ ਕੇ ਬਣਾ ਸਕਦੇ ਹੋ ਗਿਆ ਇਹ ਕਿਹਦਾ ਨਕਸ਼ਾ ਬਣਾ ਰਹੀ ਪਤਾ ਨਹੀਂ ਕਾਹਦਾ ਬਣ ਰਿਹਾ ਹੁਣ ਬਣ ਜਾ ਸਾਗ ਤਾਂ ਸਿੱਖ ਲਿਆ ਆ ਹਜੇ ਪਰ ਆਹ ਨਹੀਂ ਸਿੱਖ ਪਾ ਰਹੀ ਮੈਂ ਮੱਕੀ ਦੀ ਰੋਟੀ ਦੇਖੀ ਕਿੱਧਰ ਨੂੰ ਜਾ ਰਹੇ ਨੇ ਮੇਰੇ ਹੱਥ ਹੱਸਣ ਗਏ ਸਾਰੇ ਟੁੱਟ ਜਾਂਦੀ ਹੈ ਨਾਲ ਹੀ ਹਜੇ ਪਰ ਟਰਾਈ 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 ਟਰਾਈ
ਮੈਂ ਲੈ ਟੁੱਟ ਰਹੀ ਆ ਕੀ ਕਰਾਂ ਮੰਮੀ ਪਾਣੀ ਲਾ ਥੋੜਾ ਹੋਰ ਆਪਣੇ ਹਿਸਾਬ ਨਾਲ ਪਾ ਲਓ ਜਿੰਨਾ ਪਾਣਾ ਆ ਹੁਣ ਬਹਿ ਜਾਏਗਾ ਹੱਥ ਹੁਣ ਬਣ ਰਹੀ ਹੈ ਨਾ ਗੋਲ ਟੇਸਟ ਹੈਗਾ